महिलावां गिरफ्तार कीतियां गईयां तां कित्थों कीतियां गईयां ने जी? इह गुरद्वारा शहीदां साहिब कौंसल। ਹਾਂਜੀ ਕੀ ਕਰਦੀਆਂ ਸੀ ਜੀ ਉੱਥੇ? ਇਹ ਇਹਨਾਂ ਦਾ ਇੱਕ ਗਰੁੱਪ ਹੈ, ਕੋਈ ਉਹਨਾਂ ਦੇ ਲੋਕਾਂ ਦੇ ਦੱਸਣ ਮੁਤਾਬਕ 8-10 ਦਾ, ਜਿਹੜੇ ਕੋਈ ਬਜ਼ੁਰਗ ਆਦਮੀ ਕੋਈ ਔਰਤ ਹੈ ਉਹਦੇ ਆਲੇ ਦੁਆਲੇ ਇਹਨਾਂ ਨੇ ਹੋਏ ਨਾ, ਉਹਦੀ ਕੋਈ ਚੈਨ ਲਾ ਲਈ ਜਾਂ ਕੋਈ ਉਹਦੀ ਵੰਗ ਲਾ ਲਈ ਸੋਨੇ ਦੀ, ਠੀਕ ਹੈ। ਇਹ ਇੱਕ ਦੂਜੇ ਨੂੰ ਮੁੜ ਕੇ ਮੌਕੇ 'ਤੇ ਜਿਹੜੀ ਆ ਕਿ ਇੱਕ ਲਾਈ ਦੂਜੇ ਨੇ ਪਾਸ ਕਰ ਦੇਣੀ, ਉਹ ਮੁੜ ਕੇ ਜਿਹੜਾ ਵਾ ਨਹੀਂ ਸੀ ਕਾਬੂ ਆਉਂਦੀਆਂ, ਹੁਣ ਕੱਲ੍ਹ ਕਾਬੂ ਆਈਆਂ ਨੇ ਸਾਡੇ। ਇਹ ਕਟਰ ਕੁਟਰ ਰੱਖੇ ਇਹਨਾਂ ਨੇ? ਹਾਂ, ਇਹ ਦੱਸਣਗੇ ਅਗਾਂਹ ਕੀ ਰੱਖਿਆ ਕਟਰ ਦਾ, ਕਿੱਦਾਂ ਕੀ ਕਰਦੀਆਂ ਸੀ। ਤਾਂ ਕੀ ਕੁਝ ਇਹਨਾਂ ਦੇ ਕੋਲੋਂ ਬਰਾਮਦ ਹੋਇਆ? ਹਾਲੇ ਕੁਛ ਨਹੀਂ ਬਰਾਮਦ ਹੋਇਆ, ਹਾਲੇ ਤਾਂ ਮਤਲਬ ਇਹਨਾਂ ਨੂੰ ਬਿਲਕੁਲ ਵਾਰਦਾਤ ਕਰਦੇ ਨੂੰ ਮੌਕੇ 'ਤੇ ਫੜਿਆ। ਤਾਂ ਸੀਸੀਟੀਵੀ ਵੀ ਆਈ ਹੈ ਜੀ ਕੋਈ ਸਾਹਮਣੇ? ਸੀਸੀਟੀਵੀ ਅੱਜ ਲੈਣੇ ਜਾ ਕੇ ਹੁਣ ਦੇਖਦੇ ਹਾਂ ਅਗਾਂਹ ਕੀ ਫਰਦ ਨੇ ਜਿਹੜੀ ਆ ਇਨਵੈਸਟੀਗੇਸ਼ਨ ਚੱਲਦੀ ਹੈ। ਤਾਂ ਪਿੱਛੋਂ ਕਿੱਥੋਂ ਦੀਆਂ ਲੈਣ ਵਾਲੀਆਂ ਨੇ? ਇਹ ਸੰਗਰੂਰ ਤੇ ਬਰਨਾਲਾ। ਤਾਂ ਇੱਥੇ ਕੀ ਕਰਨ ਦੇ ਲਈ ਅੰਮ੍ਰਿਤਸਰ ਆਈਆਂ? ਇਹ ਬਸ ਇਹੀ ਕੰਮ ਇਹਨਾਂ ਦਾ, ਜਿਹੜਾ ਇਹ ਗਰੋਹ ਬਣਾਇਆ ਹੋਇਆ ਵਾ, ਇਦਾਂ ਹੀ ਵਾਰਦਾਤਾਂ ਕਰ ਰਹੀਆਂ। ਤਾਂ ਹੋਰ ਵੀ ਮੈਂਬਰ ਨੇ ਇਹਨਾਂ ਨਾਲ? ਲੋਕਾਂ ਦੇ ਦੱਸਣ ਮੁਤਾਬਕ ਕਿ 10-12 ਨੇ, ਹੁਣ ਦੇਖੋ ਹੁਣ ਗਾਂ ਕੀ ਪਤਾ ਲੱਗਦਾ ਇਹਨਾਂ ਦੀ ਪੁੱਛਗਿੱਛ ਦੇ ਵਿੱਚ। ਪਰ ਮਾਨ ਲਿੱਤਾ ਜਾਏਗਾ ਜੀ? ਬਿਲਕੁਲ ਬਿਲਕੁਲ ਲਿੱਤਾ ਜਾਏਗਾ। ਤਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ ਜੀ, ਲੋਕਾਂ ਨੂੰ ਮੈਸੇਜ ਹੈ ਆਪਣਾ ਜਿਹੜਾ ਧਿਆਨ ਰੱਖੋ, ਠੀਕ ਹੈ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਖਾਸ ਕਰਕੇ ਧਾਰਮਿਕ ਸਥਾਨਾਂ 'ਤੇ ਆ ਚੀਜ਼ਾਂ ਬਹੁਤ ਵਾਰਦਾਤਾਂ ਹੋ ਰਹੀਆਂ ਨੇ। ਕੋਸ਼ਿਸ਼ ਕਰੋ ਕਿ ਆਪਣੀ ਜਿਹੜਾ ਸੋਨਾ ਚਾਂਦੀ ਅਤੇ ਜਿਹੜਾ ਆਪਣਾ ਬਿਲਕੁਲ ਆਪਣੇ ਧਿਆਨ ਨਾਲ ਪਹਿਨੋ ਅਤੇ ਘੁੰਮੋ ਫਿਰੋ।